ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਬੜੀ ਉਮੀਦਾਂ ਮੇਰੇ ਵੱਲੋਂ ਬੁਲਾਵਾ ਲੱਗੀਆਂ ਸਾਰਿਆਂ ਨੂੰ ਪਿਆਰ ਦੂਜਾ। ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਹਾਂਜੀ, ਨੂੰ ਅੱਜ ਬਣਾਉਣ ਤੇ ਲੱਗਿਆ ਬਿਨਾਂ ਖੋਏ ਤੋਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ। ਓਕੇ, ਬਿਨਾਂ ਖੋਏ ਤੋਂ। ਹਾਂਜੀ, ਸੋ ਬਾਕੀ ਸਾਰਾ ਸਿਸਟਮ ਤਿਆਰ ਆ ਆਪਣਾ? ਹਾਂਜੀ ਹਾਂਜੀ, ਸਾਰਾ ਮਟੀਰੀਅਲ ਤਿਆਰ ਆ। ਇਹਦੇ ਬਾਰੇ ਓਕੇ, ਆਪਾਂ ਥੋੜੀ ਜਿਹੀ ਜਾਣਕਾਰੀ ਲੈ ਦਿੰਦੇ ਹਾਂ ਸਾਰਿਆਂ ਨੂੰ। ਦੱਸੋ ਫਿਰ ਕੀ ਕੀ ਮਟੀਰੀਅਲ ਯੂਜ਼ ਹੋਣਾ ਆ ਜਿਹੜਾ ਫਿਰ, ਆਪਾਂ ਨੇ ਕੀ ਚੌਲਾਂ ਕੀ? ਦੇ ਆਟੇ ਦੀਆਂ ਪਿੰਨੀਆਂ ਵਾਸਤੇ ਮਟੀਰੀਅਲ ਲਿਆ, ਉਹਦੇ ਬਾਰੇ ਮੈਂ ਸਾਰਿਆਂ ਨੂੰ ਦੱਸਣ ਲੱਗੀ ਹਾਂ। ਆਹ ਲਓ ਜੀ, 500 ਗ੍ਰਾਮ ਚੌਲਾਂ ਦਾ ਆਟਾ, 250 ਗ੍ਰਾਮ ਚੀਨੀ, ਥੋੜ੍ਹੀ ਜਿਹੀ ਆਪਾਂ ਨੇ ਲਈ ਆ ਕੋਕੋਨਟ ਪਾਊਡਰ, ਜਾਣੀ ਕਿ ਖੋਪੇ ਦਾ ਬਰਾਦਾ ਵੀ ਕਹਿ ਦਿੰਦੇ ਆਪਾਂ ਇਹਨੂੰ। ਓਕੇ 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 ਹਾਂਜੀ, ਥੋੜ੍ਹਾ ਜਿਹਾ ਲਿਆ ਆਪਾਂ ਨੇ ਘਿਓ, ਸਿਰਫ ਚੌਲਾਂ ਦੇ ਆਟੇ ਨੂੰ ਭੁੰਨਣ ਵਾਸਤੇ, ਓਕੇ, ਉੱਦਾਂ ਵਾਧੂ ਘਿਓ ਨਹੀਂ ਪਾਉਣਾ, ਤੇ ਚੌਲਾਂ ਦਾ ਆਟਾ ਹੀ ਭੁੰਨਣਾ ਇਹਦੇ ਵਿੱਚ। ਠੀਕ ਤੇ ਹੈ, ਉਸ ਤੋਂ ਬਾਅਦ ਲਈ ਆਪਾਂ ਨੇ ਥੋੜੀ ਜਿਹੀ ਮਲਾਈ, ਠੀਕ ਜਿਹੜੀ ਕਿ ਹੈ, ਆਪਾਂ ਘਰੇ ਦੁੱਧ ਉਬਾਲ ਕੇ ਰੱਖ ਲੈਂਦੇ ਆ ਫਰਿੱਜ ਵਿੱਚ, ਉਹਦੀ ਤੇ ਉਹ ਮਲਾਈ ਉੱਪਰਲੀ ਮਲਾਈ ਉੱਤਰ ਜਾਂਦੀ ਕਰੀਮ, ਆ, ਉਹ ਕਰੀਮ ਆਪਾਂ ਇਹਦੇ ਵਿੱਚ ਪਾ ਸਕਦੇ ਆ। ਠੀਕ ਪਰ ਇਹ ਹੈ, ਬਹੁਤੀ ਪੁਰਾਣੀ ਨਹੀਂ ਹੋਣੀ ਚਾਹੀਦੀ, 1-2 ਦਿਨ ਦੀ ਹੀ ਹੋਣੀ ਚਾਹੀਦੀ ਹੈ, ਕਿਉਂਕਿ ਓਕੇ, ਫਿਰ ਜ਼ਿਆਦਾ ਪਿੰਨੀਆਂ ਵਿੱਚ ਖੱਟਾਪਣ ਆ ਜਾਂਦਾ ਆ। ਓਕੇ ਹਾਂਜੀ, ਫਿਰ ਉਸ ਤੋਂ ਬਾਅਦ ਆਪਾਂ ਲਿਆ ਡਰਾਈ ਫਰੂਟ। ਓਕੇ, ਡਰਾਈ ਫਰੂਟ ਲਏ ਆਪਾਂ ਨੇ, ਖੋਪਾ ਥੋੜ੍ਹਾ ਜਿਹਾ ਕੱਦੂਕਸ਼ ਕਰ ਲਿਆ, ਠੀਕ ਹੈ, ਤੇ ਥੋੜ੍ਹਾ ਜਿਹਾ ਪਿਸਤਾ ਲੈ ਲਿਆ, ਉਸ ਤੋਂ ਬਾਅਦ ਥੋੜ੍ਹੀਆਂ ਜਿਹੀਆਂ ਦਾਖਾਂ ਲੈ ਲਈਆਂ, ਤੇ ਉਸ ਤੋਂ ਬਾਅਦ ਲਈ ਆਪਾਂ ਨੇ ਅਜਵਾਇਣ। ਠੀਕ ਹੈ, ਅਜਵਾਇਣ ਪਿੰਨੀਆਂ ਨੂੰ ਖਾਣ ਦੇ ਵਿੱਚ ਡਾਈਜੈਸਟ ਕਰਦੀ ਆ। ਤੇ ਉਸ ਤੋਂ ਅੱਗੇ ਲਿਆ ਥੋੜ੍ਹਾ ਜਿਹਾ ਦੁੱਧ, ਓਕੇ, ਇਹ ਬਾਅਦ ਵਿੱਚ ਪਿੰਨੀਆਂ ਵੱਟਣ ਵਾਸਤੇ ਜਿੰਨਾ ਕੁ ਆਪਾਂ ਲੋੜ ਹੋਗੀ ਲੋੜ ਅਨੁਸਾਰ ਵਰਤਿਆ ਜਾਏਗਾ। ਠੀਕ ਤੇ ਹੈ, ਜਿਹੜਾ ਚੌਲਾਂ ਦਾ ਆਟਾ ਹੈ ਇਹ ਆਪਾਂ ਘਰ ਵੀ ਬਣਾ ਸਕਦੇ ਹਾਂ, ਘਰ ਵੀ ਤਿਆਰ ਕਰ ਸਕਦੇ ਹਾਂ। ਇਹ ਮੈਂ ਵੈਸੇ ਪੀਸਿਆ ਹੋਇਆ ਲੈ ਕੇ ਆਈ ਹਾਂ, ਤੇ ਘਰੇ ਆਪਾਂ ਚੌਲ ਸਾਬਤ ਚੌਲ ਲੈ ਲਓ, ਉਹਨਾਂ ਨੂੰ ਚੰਗੀ ਤਰ੍ਹਾਂ 5-4 ਪਾਣੀਆਂ ਵਿੱਚ ਧੋ ਲਓ, ਧੋ ਕੇ ਚੰਗੀ ਤਰ੍ਹਾਂ ਸੁਕਾ ਲਓ, ਸੁਕਾ ਕੇ ਅਗਲੇ ਦਿਨ ਮਿਕਸੀ ਰਾਹੀਂ ਗ੍ਰਾਇੰਡ ਕਰਕੇ ਛਾਨਣੇ ਛਾਣ ਕੇ ਪੀਸਿਆ ਹੋਇਆ ਆਟਾ ਚੌਲਾਂ ਦਾ ਤਿਆਰ ਹੋ ਜਾਏਗਾ। ਠੀਕ, ਇਹ ਮੈਂ ਵੈਸੇ ਲੈ ਕੇ ਆਈ ਹਾਂ। ਠੀਕ ਹੈ, ਹਾਂਜੀ, ਚਲੋ ਜੀ ਫਿਰ ਕਰੀਏ ਹਾਂਜੀ, ਪ੍ਰੋਸੈਸ ਸਟਾਰਟ। ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ? ਸਭ ਤੋਂ ਪਹਿਲਾਂ ਆਪਾਂ ਨੇ ਚੌਲਾਂ ਦਾ ਆਟਾ ਭੁੰਨਣਾ ਆ, ਲੋ ਪਾ ਕੇ। ਠੀਕ, ਆ ਲਓ ਜੀ, ਸਹੀ ਹੈ, ਹਾਂਜੀ, ਓਕੇ। ਇਹਨੂੰ ਕਿੰਨਾ ਕੁ ਟਾਈਮ ਲੱਗਦਾ ਭੁੰਨਣ ਨੂੰ? 5-7 ਮਿੰਟ ਹੀ ਭੁੰਨਣਾ, ਜ਼ਿਆਦਾ ਨਹੀਂ ਭੁੰਨਣਾ ਹੈਗਾ, ਓਕੇ, ਕਿਉਂਕਿ ਜਿੰਨਾ ਆਪਾਂ ਜ਼ਿਆਦਾ ਭੁੰਨੀ ਜਾਵਾਂਗੇ ਚੌਲਾਂ ਦਾ ਆਟਾ, ਉਨੀਆਂ ਪਿੰਨੀਆਂ ਸਖਤ ਹੋ ਜਾਣਗੀਆਂ। ਓਕੇ, 5-7 ਮਿੰਟ ਹੀ ਭੁੰਨਣਾ ਹੈ, ਸਹੀ ਹੈ। ਇਹ 2-4 ਚਮਚੇ ਘਿਓ ਦੇ ਸਿਰਫ ਚੌਲਾਂ ਦਾ ਆਟਾ ਭੁੰਨਣ ਲਈ ਲੈਣਾ। ਠੀਕ, ਸਹੀ ਹੈ ਜੀ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਨਾ ਪਹਿਲਾਂ? ਹਾਂਜੀ ਹਾਂਜੀ ਹਾਂ, ਇਹ ਭੁੰਨਣਾ ਹੈ 5-7 ਮਿੰਟ ਬਸ, ਜ਼ਿਆਦਾ ਨਹੀਂ ਭੁੰਨਣਾ। ਓਕੇ, ਸਹੀ ਹੈ। ਇਹ ਪਿੰਨੀਆਂ ਦੇ ਵਿੱਚ ਆਪਾਂ ਨੇ ਹੋਰ ਤਾਂ ਨਹੀਂ ਕੁਝ ਭੁੰਨਣਾ ਹੈਗਾ, ਜਿਵੇਂ ਕਹਿ ਲਾ ਮਤਲਬ ਬਾਕੀ ਮਟੀਰੀਅਲ, ਬਸ ਇਹਦੇ 'ਚ ਚੌਲਾਂ ਦਾ ਆਟਾ ਭੁੰਨਣਾ, ਜਿਵੇਂ ਆਪਾਂ ਪਿਛਲੀਆਂ ਪਿੰਨੀਆਂ ਸੀਗੀਆਂ ਉਹਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਕਈ ਭੁੰਨੀਆਂ ਸੀਗੀਆਂ। ਓਟਸ ਭੁੰਨੇ ਸੀ, ਓਟਸ ਰੋਸਟਡ ਕੀਤੇ ਸੀਗੇ, ਅਲਸੀ ਰੋਸਟਡ ਕੀਤੀ ਸੀਗੀ, ਹਾਂ, ਮਖਾਣੇ ਰੋਸਟਡ ਕੀਤੇ ਸੀਗੇ, ਇਹਦੇ ਵਿੱਚ ਸਿਰਫ ਚੌਲਾਂ ਦਾ ਆਟਾ ਸਿਰਫ ਭੁੰਨਣਾ। ਆਟਾ ਹੀ ਭੁੰਨਣਾ ਹੈ, ਓਕੇ, ਜ਼ਿਆਦਾ ਦੇਰ ਨਹੀਂ ਭੁੰਨਣਾ, ਸਹੀ ਹੈ, ਸਹੀ ਹੈ। ਫਿਰ ਜ਼ਿਆਦਾ ਸਮਾਂ ਭੁੰਨਿਆ ਹੋਇਆ ਆਟਾ ਪਿੰਨੀਆਂ ਸਖਤ ਹੋ ਜਾਂਦੀਆਂ ਨੇ, ਸਿਰਫ ਆਪਾਂ ਨੇ ਚੌਲਾਂ ਦੇ ਆਟੇ ਦਾ ਕੱਚਾ ਪਾਣੀ ਦੂਰ ਕਰਨਾ ਹੈ। ਕੱਚਾ ਪਾਣੀ ਦੂਰ ਕਰਨਾ, ਸਹੀ ਹੈ, ਸਹੀ ਹੈ, ਸਹੀ ਹੈ ਜੀ। ਹਾਂਜੀ, ਹੁਣ ਕੀ ਐਡ ਕਰਨਾ? ਹੁਣ ਆਪਾਂ ਨੇ ਇਹਦੇ ਵਿੱਚ ਮਲਾਈ ਐਡ ਕਰਨੀ ਹੈ। ਓਕੇ, ਹਾਂਜੀ, ਆਪਾਂ ਨੂੰ ਕਿੰਨੇ 5-7 ਮਿੰਟ ਹੋ ਗਏ ਭੁੰਨਣ? ਹਾਂ, 5-7 ਮਿੰਟ ਹੋ ਗਏ ਬਸ, ਇਹ ਭੁੰਜਣ ਲਈ, ਭੁੰਜਣੇ ਜੋਗਾ ਹੋ। ਜਦੋਂ ਆਪਾਂ ਇਹਨਾਂ ਨੂੰ ਭੁੰਜਣਾ ਸਟਾਰਟ ਕੀਤਾ ਸੀਗਾ, ਨਾਲੇ ਆਪਾਂ ਨੇ ਮਲਾਈ ਪਾਈ, ਸੌਰੀ, ਘਿਓ ਪਾਇਆ ਸੀਗਾ, ਹੁਣ ਆਪਾਂ ਮਲਾਈ ਪਾਈ ਹੈ ਨਾਲ, ਮਲਾਈ ਪਾਤੀ ਆ, ਹਾਂ ਹਾਂਜੀ, ਮਲਾਈ ਦੇ ਨਾਲੇ ਆਪਾਂ ਨੇ ਕੋਕੋਨਟ ਪਾਊਡਰ ਪਾ ਦੇਣਾ। ਠੀਕ ਆ, ਓਕੇ, ਇਹ ਵੀ ਵਿੱਚ ਮਿਲਾ ਦੇਣਾ, ਠੀਕ ਹੈ, ਮਿਕਸ ਕਰ ਦੇਣਾ, ਠੀਕ ਹੈ, ਓਕੇ। ਇਹ ਰੰਗ ਰੁੰਗ ਬਦਲਦਾ ਹੈ ਕੀ? ਪਤਾ ਲੱਗਦਾ ਵੀ ਭੁੰਨੋ, ਇਹ ਨਹੀਂ, ਇਹਦਾ ਰੰਗ ਨਹੀਂ ਚੇਂਜ ਹੋਣਾ, ਥੋੜਾ ਜਿਹਾ ਫਰਕ ਪਊਗਾ, ਇਹਦਾ ਰੰਗ ਚਿੱਟਾ ਹੀ ਰਹਿਣਾ ਹੈ, ਨਾ ਆਪਾਂ ਨੇ ਚੇਂਜ ਕਰਨਾ, ਇਹਦਾ ਰੰਗ ਬਸ ਥੋੜਾ ਟਾਈਮ ਹੀ ਭੁੰਨਣਾ ਆ। ਓਕੇ, ਹਾਂਜੀ, ਕੋਕੋਨਟ ਪਾਊਡਰ ਪਾਇਆ ਇਹਦੇ ਨਾਲ, ਪਿੰਨੀਆਂ ਅਪੋ ਰਹਿਣਗੀਆਂ, ਪੋਲੀਆਂ ਰਹਿਣਗੀਆਂ, ਓ ਅੱਛਾ, ਬਿਲਕੁਲ ਪੋਲੀਆਂ ਰਹਿਣਗੀਆਂ, ਜਿਵੇਂ ਤੁਸੀਂ ਕੋਈ ਦੀਆਂ ਪਿੰਨੀਆਂ ਖਾਂਦੇ ਹੋ ਉਸ ਤਰ੍ਹਾਂ ਦੀਆਂ ਬਣ ਜਾਣਾ ਉਹਨਾਂ ਦੀ। ਠੀਕ ਹੈ, ਠੀਕ, ਕੋਈ ਦੀਆਂ ਵੀ ਦੱਸਾਂਗੇ, ਉਹ ਬਾਅਦ ਵਿੱਚ ਬਣਾਵਾਂਗੇ, ਤੁਹਾਨੂੰ ਉਹਦੀ ਰੈਸਪੀ ਅੱਡ ਦੇਵਾਂਗੇ। ਠੀਕ ਹੈ, ਸਹੀ ਹੈ ਜੀ। ਲਓ ਜੀ, ਆਪਣਾ ਹੁਣ ਭੁੰਨ ਚੱਲਿਆ ਹੈ ਆਟਾ, ਲਓ ਜੀ, ਨਾਲੇ ਥੋੜਾ ਜਿਹਾ ਰੰਗ ਦਾ ਫਰਕ ਪਏਗਾ ਇਹਦਾ, ਜ਼ਿਆਦਾ ਨਹੀਂ ਪਏਗਾ, ਨਾ ਆਪਾਂ ਨੇ ਜ਼ਿਆਦਾ ਪਾਉਣਾ ਆ। ਹੁਣ ਇਹਦੇ ਵਿੱਚ ਆਪਾਂ ਨੇ ਜੋ ਸਮਾਨ ਬਾਕੀ ਮਟੀਰੀਅਲ ਪਿਆ ਉਹ ਵੀ ਹੌਲੀ ਹੌਲੀ ਮਿਕਸ ਕਰਦੇ ਜਾਣਾ। ਓਕੇ,
ਤੇ ਟੋਟਲ ਇਹਨੂੰ ਕਿੰਨਾ ਕੁ ਟਾਈਮ ਲੱਗਦਾ ਬਣਨ ਨੂੰ ਪਿੰਨੀਆਂ ਨੂੰ, ਮਤਲਬ ਕਿ ਪੁੱਛਦੇ ਆ? ਤਕਰੀਬਨ ਇਹਨੂੰ 20-25 ਮਿੰਟ ਵਿੱਚ ਲਗਾਤਾਰ ਅਗਰ ਆਪਾਂ ਚੱਲਦੇ ਰਹਾਂਗੇ ਤਿਆਰ ਹੋ ਜਾਣ। 20-25 ਮਿੰਟ ਬਸ ਜ਼ਿਆਦਾ ਟਾਈਮ ਨਹੀਂ ਲੱਗਦਾ। ਇਹ ਤਾਂ ਬਹੁਤ ਈਜ਼ੀ ਹੈ, ਸੌਖੀ ਹੈ ਕੰਮ। ਜ਼ਿਆਦਾ ਅਗਰ ਰੱਖ ਲਵਾਂ 1/2 ਘੰਟਾ, ਇੰਨੇ ਟਾਈਮ ਵਿੱਚ ਤਿਆਰ ਹੋ ਜਾਣਗੇ। ਠੀਕ, ਹਾਂਜੀ। ਹਲੋ, ਆਪਾਂ ਨੂੰ ਕਿੰਨਾ ਟਾਈਮ ਲੱਗਿਆ? ਆਪਾਂ ਨੇ ਬਸ ਹੁਣ ਲੱਗੇ ਸੀਗੇ 10-15 ਮਿੰਟ ਪਹਿਲਾਂ। ਬਸ ਆਟਾ ਭੁੰਨਣ ਨੂੰ ਥੋੜਾ ਜਿਹਾ ਟਾਈਮ ਲੱਗਦਾ ਆ, 10 ਮਿੰਟ ਬਾਕੀ, ਨਾਲ ਦੀ ਨਾਲ ਚੱਲੀ ਜਾਣਾ। ਓਕੇ, ਕਿਉਂਕਿ ਜਿਹੜੇ ਕੋਕੋਨਟ ਪਾਊਡਰ ਪਾਇਆ ਉਹਦੇ ਨਾਲ ਕਿੰਨੀਆਂ ਪੋਲੀਆਂ ਵੀ ਰਹਿਣਗੀਆਂ, ਤੇ ਉਹਨੇ ਆਪਣਾ, ਉਹਨੂੰ ਆਪਾਂ ਖੋਪੇ ਦਾ ਬਰਾਦਾ ਵੀ ਕਹਿ ਦਿੰਦੇ ਹਾਂ, ਉਹਨੇ ਆਪਣਾ ਘਿਓ ਵੀ ਛੱਡ ਦੇਣਾ ਵਿੱਚ, ਆਪਣਾ ਤੇਲ ਅੱਡ ਛੱਡ ਦੇਣਾ ਉਹਨਾਂ ਨੇ ਵਿੱਚ। ਹੁਣ ਆਪਾਂ ਕੀ ਐਡ ਆਨ ਕਰਨਾ ਇਹਦੇ ਵਿੱਚ? ਇਹਦੇ ਵਿੱਚ ਡਰਾਈ ਫਰੂਟ ਐਡ ਕਰ ਲੈਣੇ ਆ। ਓਕੇ, ਆ ਲਓ ਜੀ, ਆਹ ਪਾਤਾ ਆਪਾਂ ਨੇ ਖੋਪਾ ਜੋ ਕੱਦੂਕਸ ਕਰਕੇ ਰੱਖਿਆ ਹੋਇਆ ਸੀ, ਇਹ ਪਾਤੇ ਆਪਾਂ ਨੇ ਜੋ ਦੱਖ ਲਈਆਂ ਸੀਗੀਆਂ, ਤੇ ਇਹ ਪਾਤਾ ਆਪਾਂ ਨੇ ਜੋ ਪਿਸਤਾ ਲਿਆ ਸੀਗਾ। ਸਖਤ ਹੁੰਦੀਆਂ ਨੇ ਖਾਣੇ ਲਈ, ਜਵੈਣ ਵਿੱਚ ਪਾਈ ਹੋਈ ਡਾਈਜੈਸਟ ਕਰ ਦਿੰਦੀ। ਓਕੇ, ਹੈਵੀ ਹੁੰਦਾ, ਹੈਵੀ ਹੁੰਦੀਆਂ ਨੇ। ਹਾਂ, ਹੈਵੀ ਹੁੰਦੀਆਂ ਨੇ, ਹੈਵੀ ਕਹਿ ਸਕਦੇ ਆ, ਹੈਵੀ ਕਹਿ ਸਕਦੇ ਆ ਆਪਾਂ, ਹੈਵੀ ਹੁੰਦੀਆਂ ਨੇ। ਹਾਂ, ਜਵੈਣ ਪਾਵਾਂਗੇ ਤਾਂ ਆਪਾਂ, ਹਾਂ ਜੀ, ਤੁਸੀਂ ਸੌਂਫ ਵੀ ਪਾ ਸਕਦੇ ਹੋ, ਉਹ ਆਪਣੀ ਮਰਜ਼ੀ ਹੈ ਤੁਹਾਡੀ। ਓਹ, ਹਾਂਜੀ, ਠੀਕ ਹੈ, ਠੀਕ ਹੈ। ਲਓ ਜੀ, ਹੁਣ ਇਹਨੂੰ ਆਪਾਂ ਨੇ ਥੋੜਾ ਜਿਹਾ ਸਮੈਲ ਜੀ ਤਾਂ ਆਉਣ ਲੱਗ ਗਈ ਹੈ ਨਾ। ਹਾਂ, ਸਮੈਲ ਲੱਗ ਗਈ, ਤਾਂ ਜਦ ਖੁਸ਼ਬੂ ਆਉਣ ਲੱਗ ਗਈ, ਸਮਝੋ ਭੁੱਜ ਗਿਆ ਤਿਆਰ ਆਟਾ। ਓਕੇ, ਹਾਂਜੀ, ਰੈਡੀ ਹੈ। ਨੀਚੇ ਲੱਗਣ ਵੀ ਨੀ ਦੇਣਾ ਆਪਾਂ ਨੇ, ਅਗਰ ਨੀਚੇ ਲੱਗ ਗਿਆ ਤਾਂ ਪਿੰਨੀਆਂ ਦਾ ਟੇਸਟ ਖਰਾਬ ਹੋ ਜਾਣਾ। ਹਾਂਜੀ, ਇਹਨੂੰ ਹਲਾਉਂਦੇ ਜਾਓ, ਨਾਰਮਲੀ ਇਦਾਂ ਹਲਾਈ ਜਾਓ ਬਸ, ਨਾਰਮਲੀ ਹਲਾਉਣਾ ਹੀ, ਹਲਾਉਂਦੇ ਹੀ ਰਹਿਣਾ ਆਪਾਂ ਨੇ। ਓਕੇ, ਹਾਂਜੀ, ਅਛਾ, ਰੱਖ ਨਹੀਂ ਸਕਦੇ ਮਤਲਬ ਪਾ ਕੇ? ਹਾਂ, ਬਿਲਕੁਲ ਨਾਲ ਹਲਾਉਂਦੇ ਰਹਿਣਾ। ਓਕੇ, ਹਾਂਜੀ, ਠੀਕ ਹੈ। ਹੁਣ ਜਿਵੇਂ ਇਦਾਂ ਦੀ ਫੀਲਿੰਗ ਆ ਰਹੀ ਵੀ ਇਹਨਾਂ ਨੂੰ ਆਪਾਂ ਵੱਟ ਸਕਦੇ ਹਾਂ ਨਾ, ਇਦਾਂ ਹੋ ਗਿਆ ਇਹ? ਹਾਂ, ਉਹ ਆਪਾਂ ਨੇ ਦੇਖਣਾ, ਚੀਨੀ ਪਾਉਣੀ ਹੈ ਥੋੜਾ ਜਿਹਾ, ਮਤਲਬ ਜ਼ਿਆਦਾ ਗਰਮ ਵਿੱਚ ਨਹੀਂ ਪਾਉਣੀ, ਇਹ ਹੁਣ ਥੋੜਾ ਜਿਹਾ ਠੰਡਾ ਹੋਣਾ। ਕਿੰਨੇ ਕੁ ਟਾਈਮ ਲਈ ਠੰਡਾ ਹੋਣ ਲਈ? 5 ਮਿੰਟ ਲਈ ਰੱਖ ਦੇਣਾ ਆਪਾਂ। ਤਾਂ ਵੀ ਇਹਨੂੰ ਹੁਣ ਆਪਾਂ 5 ਮਿੰਟ ਲਈ ਠੰਡਾ ਹੋਣਾ ਰੱਖਦੇ ਹਾਂ, ਤੇ ਹੁਣ ਚੀਨੀ ਦਾ ਪ੍ਰੋਸੈਸ ਕੀ ਕਰਨਾ, ਕਿਵੇਂ ਪਾਉਣੀ ਆ ਚੀਨੀ? ਇਹ ਬਾਅਦ ਵਿੱਚ ਆਪਾਂ ਨੇ ਇਹਦੇ ਵਿੱਚ ਮਿਕਸ ਕਰਨੀ ਆ। ਓਕੇ, ਹਾਂਜੀ, ਆਓ ਜੀ, 5 ਮਿੰਟ ਬਾਅਦ ਮਿਲਿਆ ਸਾਨੂੰ। ਹਾਂਜੀ, ਵੀ 5 ਮਿੰਟ ਹੋ ਗਏ ਆ, ਠੀਕ ਆ, ਤੇ ਹੁਣ ਇਹਦੇ ਵਿੱਚ ਆਪਾਂ ਚੀਨੀ ਐਡ ਕਰਨ ਲੱਗੇ ਆ, ਠੀਕ ਆ। ਇਹ ਕਿੰਨੇ ਕੁ ਕਰਨੀ ਆ ਜੀ ਚੀਨੀ? ਜਿੰਨਾ ਆਪਾਂ 500 ਗ੍ਰਾਮ ਲਿਆ ਸੀਗਾ ਚੌਲਾਂ ਦਾ ਆਟਾ, ਤੇ 250 ਗ੍ਰਾਮ ਲਈ ਆਪਾਂ ਨੇ ਚੀਨੀ। ਇਹ ਚੀਨੀ ਲਈ ਹੈ ਕਿ ਕੀ ਲਈ ਹੈ? ਇਹ ਵਾਈਟ ਸ਼ੂਗਰ ਆ, ਬਿਲਕੁਲ। ਅੱਛਾ, ਬਰੀਕ ਵਾਲੀ? ਬਰੀਕ ਵਾਲੀ ਵਾਈਟ ਸ਼ੂਗਰ। ਅਗਰ ਤੁਹਾਡੇ ਕੋਲ ਚੀਨੀ ਮੋਟੀ ਹੈ ਤਾਂ ਤੁਸੀਂ ਉਹਨੂੰ ਗ੍ਰਾਈਂਡ ਕਰਕੇ ਬੂਰਾ ਵੀ ਬਣਾ ਸਕਦੇ ਹੋ। ਓਕੇ, ਬੂਰਾ ਪਾਉਣਾ ਜਾਂ ਫਿਰ ਆਪਾਂ ਨੇ ਬਰੀਕ ਚੀਨੀ ਪਾਉਣੀ? ਹਾਂਜੀ, ਮੋਟੀ ਚੀਨੀ ਨਹੀਂ ਪਾ ਸਕਦੇ? ਮੋਟੀ ਚੀਨੀ ਨੂੰ ਗ੍ਰਾਈਂਡ ਕਰ ਲਓ, ਬੂਰਾ ਬਣਾ ਲਓ। ਓਕੇ, ਉਹਦਾ ਬੂਰਾ ਬਣਾ ਲਓ। ਇਹ ਮੇਰੇ ਕੋਲ ਵਾਈਟ ਸ਼ੂਗਰ ਬਿਲਕੁਲ ਬਰੀਕ ਸੀਗੀ, ਮੈਂ ਉਸੇ ਤਰ੍ਹਾਂ ਪਾ ਕੇ, ਬਸ ਠੀਕ, ਮੈਨੂੰ ਗ੍ਰਾਈਂਡ ਕਰਨ ਦੀ ਲੋੜ ਨਹੀਂ ਪਈ। ਬਹੁਤ ਠੀਕ, ਹਾਂਜੀ, 2 ਮਿੰਟ ਲੱਗਦੇ, ਮਿਕਸੇਜ ਹੋ ਜਾਂਦਾ ਅੱਜ ਕੱਲ੍ਹ ਕੁਛ ਵੀ। ਹਾਂਜੀ, ਹਾਂਜੀ, ਗ੍ਰਾਈਂਡ ਕਰਨ ਨੂੰ ਟਾਈਮ ਨਹੀਂ ਲੱਗਦਾ। ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ, ਅਗਰ ਤੁਸੀਂ ਮਿੱਠਾ ਵੱਧ ਖਾਂਦੇ ਹੋ ਤਾਂ ਤੁਸੀਂ ਮਿੱਠਾ ਵੱਧ ਪਾ ਸਕਦੇ ਹੋ, ਅਗਰ ਤੁਸੀਂ ਘੱਟ ਖਾਂਦੇ ਹੋ ਤਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਮਿੱਠਾ ਪਾ ਸਕਦੇ ਹੋ। ਓਕੇ, ਹਾਂਜੀ, ਇਹ ਕਿੰਨੇ ਕੁ ਗ੍ਰਾਮ ਚ, ਕੋਈ ਅੰਦਾਜ਼ਾ ਕਿੰਨਾ ਕੁ ਪਾਇਆ ਜਾਂਦਾ ਮਿੱਠਾ? ਮਿੱਠਾ 500 ਗ੍ਰਾਮ ਲਿਆ ਸੀਗਾ ਮੈਂ ਚੌਲਾਂ ਦਾ ਆਟਾ, ਉਸ ਤੋਂ ਵੱਧੀ 250 ਗ੍ਰਾਮ ਚੀਨੀ ਲੈਣੀ। ਓਕੇ, ਹਾਂਜੀ, ਜੇਕਰ ਅਗਰ 500 ਗ੍ਰਾਮ ਆਟਾ ਚੌਲਾਂ ਦਾ ਤਾਂ 250 ਗ੍ਰਾਮ ਚੀਨੀ ਲੈ ਲਓ, ਮੇਰੇ ਅਕੋਰਡਿੰਗ ਤਾਂ 250 ਗ੍ਰਾਮ ਲੈਂਦੀ ਹਾਂ ਮੈਂ। ਅਗਰ ਤੁਸੀਂ ਮਿੱਠਾ ਵੱਧ ਖਾਣਾ ਤਾਂ ਥੋੜ੍ਹੀ ਜਿਹੀ ਵੱਧ ਵੀ ਲੈ ਸਕਦੇ ਹੋ।
आटा तैयार है रेडी है ये हुण आपां इहनूं देखणा अगर पिन्नी वट हुंदी है तां ठीक है अगर नहीं वट्टियां जांदियां तां इहदे विच आपां ने जो दुध रख्या सी वाला दे के उह पावांगे दुध पा के वट्टांगे अच्छा हांजी दुध पा वट्टीए फिर पिन्नियां हांजी हांजी लो जी हुण इह ठंडा हो गया हांजी हुण इहदे विच आपां ने ਦੇਖਣਾ ਪਿੰਨੀਆਂ ਵੱਟ ਹੁੰਦੀਆਂ ਕਿ ਨਹੀਂ ਵੱਟ ਹੁੰਦੀਆਂ ਨਹੀਂ ਹਨਾ ਹੁਣ ਆਪਾਂ ਨੇ ਇਹਦੇ ਵਿੱਚ ਜੋ ਦੁੱਧ ਉਬਾਲਾ ਦੇ ਕੇ ਰੱਖਿਆ ਹੋਇਆ ਸੀ ਉਹ ਦੁੱਧ ਪਾਉਣਾ ਉਬਾਲਾ ਦੇ ਕੇ ਠੰਡਾ ਹੋਣਾ ਚਾਹੀਦਾ ਹਾਂ ਠੰਡਾ ਹੋਣਾ ਚਾਹੀਦਾ ਕੁਛ ਉਬਾਲੀ ਦੇ ਕੇ ਠੰਡਾ ਹੋਣਾ ਚਾਹੀਦਾ ਹਾਂ ਉਸਾ ਜਿਹਾ ਹੋਣਾ ਚਾਹੀਦਾ ਹੈ ਇਹ ਨਾਰਮਲ ਟੈਂਪਰੇਚਰ ਨਾਰਮਲ ਹਾਂ ਤੇ ਦੁੱਧ ਆਪਾਂ ਨੇ ਜੋ ਪਾਉਣਾ ਹੈ ਵਿੱਚ ਉਬਾਲੀ ਦੇ ਕੇ ਹੀ ਪਾਉਣਾ ਕੱਚਾ ਦੁੱਧ ਨਹੀਂ ਪਾਉਣਾ ਓਕੇ ਤੇ ਇਹ ਕਿੰਨਾ ਹੋਣਾ ਚਾਹੀਦਾ ਹੈ ਕਿੰਨੇ ਮਟੀਰੀਅਲ ਇਹ ਤਾਂ ਆਪਣੇ ਹਿਸਾਬ ਨਾਲ ਜਿੰਨਾ ਕੁ ਤੁਸੀਂ ਪਿੰਨੀ ਵੱਟ ਹੋਗੀ ਬਸ ਆਪਣੇ ਆਪਾਂ ਨੇ ਦੇਖ ਲੈਣਾ ਹੁਣ ਲਓ ਥੋੜਾ ਥੋੜਾ ਪਾ ਕੇ ਉਹਨੇ ਆਪਾਂ ਨੇ ਦੇਖ ਲੈਣਾ ਹਾਂਜੀ ਠੀਕ ਹੈ ਜੀ ਮਿਕਸ ਕਰਨਾ ਸਾਰੇ ਉਹਦੇ ਵਿੱਚ ਨਾ ਹਾਂ ਮਿਕਸ ਕਰਕੇ ਲਓ ਜੀ ਹੁਣ ਆਪਾਂ ਨੂੰ ਆਪਾਂ ਨੇ ਦੇਖ ਲੈਣਾ ਪਿੰਨੀ ਵੱਟ ਹੋ ਰਹੀ ਹੈ ਦੇਖੋ ਪਿੰਨੀ ਵੱਟ ਹੋ ਰਹੀ ਆ ਹਾਂਜੀ ਹੁਣ ਆਪਣੇ ਆਪਣੇ ਅਕੋਰਡਿੰਗ ਆਪਾਂ ਨੂੰ ਪਤਾ ਚੱਲ ਗਿਆ ਵੀ ਪਿੰਨੀਆਂ ਵੱਟ ਹੋਣ ਲੱਗ ਗਿਆ ਹਾਂਜੀ ਬਸ ਇੰਨਾ ਕੁ ਦੁੱਧ ਪਾਉਣਾ ਹੈ ਆਪਾਂ ਨੇ ਰੱਖੋ ਫਿਰ ਇੱਧਰ ਕੀ ਬਾਤ ਇਹਦਾ ਸ਼ੇਪ ਹੀ ਬੜੀ ਵਧੀਆ ਕਿਆ ਕਹਿੰਦੇ ਹੁੰਦੇ ਆ ਹਾਂਜੀ ਲੱਡੂ ਇਹਨਾਂ ਨੂੰ ਆਪਾਂ ਲੱਡੂ ਵੀ ਕਹਿ ਸਕਦੇ ਆ ਚਿੱਟੀਆਂ ਚਿੱਟੀਆਂ ਪਈਆਂ ਇਹਨੂੰ ਦੇਖਣ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਹੈ ਹਾਂਜੀ ਦੇਖੋ ਖਾਣ ਨੂੰ ਵੀ ਟੇਸਟੀ ਹੋਣਗੀਆਂ ਬਣਾਇਓ ਤੁਸੀਂ ਵੀ ਬਣਾ ਕੇ ਜਾਣ ਤੋਂ ਫਿਰ ਆਪਾਂ ਖਾਣੇ ਆ ਕਰਦੇ ਆ ਟੇਸਟ ਸਾਰੀਆਂ ਕਿਉਂਕਿ ਮਨ ਤੋਂ ਦੇਖਣ ਨੂੰ ਬਹੁਤ ਵਧੀਆ ਲੱਗਿਆ ਸੱਚੀ ਗੱਲ ਦੱਸਾਂ ਤੇ ਖਾਣ ਨੂੰ ਤਾਂ ਵਧੀਆ ਹੋਣਗੀਆਂ ਹੀ ਹੋਣਗੀਆਂ ਠੀਕ ਨਹੀਂ ਤੇ ਵੱਟ ਦੀ ਹੈ ਜੀ ਹੁਣ ਪਿੰਨੀਆਂ ਤੇ ਬਾਅਦ ਦੇ ਵਿੱਚ ਸਾਨੂੰ ਦਿਖਾਉਂਦੇ ਹਾਂ ਟੇਸਟ ਕਰਕੇ ਕਿੱਦਾਂ ਦੀਆਂ ਹੈ ਕਿੱਦਾਂ ਦੀਆਂ ਬਣੀਆਂ ਅਤੇ ਕੀ ਇਹਨਾਂ ਦਾ ਟੇਸਟ ਆ ਠੀਕ ਨਹੀਂ ਸੋ ਲੈਟਸ ਸੀ ਲਓ ਜੀ ਕਹਿੰਦੇ ਸਾਰੀਆਂ ਪਿੰਨੀਆਂ ਵੱਟ ਹੋ ਗਈਆਂ ਕਿਆ ਬਾਤ ਹੈ ਇਹਨੂੰ ਤਾਂ ਰੰਗੇ ਬਹੁਤ ਸੋਹਣਾ ਆ ਹੈਂ ਚਿੱਟੀਆਂ ਚਿੱਟੀਆਂ ਪਿੰਨੀਆਂ ਪਈਆਂ ਤੇ ਲਓ ਜੀ ਸਾਰੀਆਂ ਪਿੰਨੀਆਂ ਤਿਆਰ ਹੋ ਗਈਆਂ ਹਾਂਜੀ ਤੇ ਤੁਸੀਂ ਵੀ ਬਣਾਓ ਖਾਓ ਖਾਓ ਸਾਰੇ ਜਣੇ ਨਾਲੇ ਦੀਵਾਲੀ ਨੂੰ ਸਾਰੇ ਜਣੇ ਤਿਉਹਾਰ ਦੇ ਬਣਾਉਂਦੇ ਹੀ ਆ ਬੰਦਾ ਮਠਿਆਈ ਬਣਾਉਂਦਾ ਸਾਰੇ ਜਣੇ ਬਣਾਓ ਘਰੇ ਬਣਾਓ ਤੇ ਘਰ ਦੀ ਮਠਿਆਈ ਜ਼ਿਆਦਾ ਵਧੀਆ ਬਾਜ਼ਾਰ ਦੇ ਵਿੱਚ ਦੁਕਾਨ ਨਾ ਲਓ ਲਓ ਜੀ ਠੀਕ ਆ ਲਓ ਜੀ ਪਿੰਨੀਆਂ ਲਓ ਜੀ ਪਿੰਨੀ ਟੇਸਟ ਕਰਨ ਲੱਗਿਆ ਦੇਖਦੇ ਆ ਕਿਵੇਂ ਦਾ ਟੇਸਟ ਆ ਸੋ ਪੂਰੀਆਂ ਘੈਂਟ ਪਿੰਨੀਆਂ ਨੇ ਹਰੇਕ ਚੀਜ਼ ਦਾ ਟੈਸਟ ਆ ਰਿਹਾ ਜਮੈਣ ਦਾ ਡਰਾਈ ਫਰੂਟ ਦਾ ਖੋਪੇ ਦਾ ਪੂਰਾ ਟੇਸਟੀ ਹੈ ਕੰਮ ਅਤੇ ਸਾਰੇ ਜਣੇ ਬਣਾਓ ਅਤੇ ਖਾਓ ਬਹੁਤ ਹੀ ਟੇਸਟੀ ਪਿੰਨੀ ਆ ਅਲੱਗ ਟੇਸਟ ਆ ਤੁਸੀਂ ਇੱਦਾਂ ਦੀ ਪਿੰਨੀ ਨਹੀਂ ਖਾਧੀ ਹੋਣੀ ਜਿਵੇਂ ਦਾ ਇਹਦਾ ਟੇਸਟ ਆ ਹੋਰ ਘੈਂਟ ਪਿੰਨੀ ਆ ਅਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਵ ਯੂ ਆਲ ਵੀਡੀਓ ਦੇਖਣ ਲਈ ਧੰਨਵਾਦ